ਗੱਲ ਕਰਾਂਗੇ ਪੰਜਾਬ ਦੀਆਂ ਉਹ ਦੋ 3ਆਂ ਦੇ ਬਾਰੇ ਜੋ 사우ਦੀ ਅਰਬ ਗਈਆਂ ਲੇਕਿਨ ਹੁਣ ਉਹਨਾਂ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾਰਾ ਹੈ ਨਾ ਬੱਚਿਆਂ ਦੇ ਲਾਪਤਾ ਹੋਣ ਦਾ ਗਵਾਹ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਆ ਬੱਚਿਆਂ ਦੇ ਮਾਤਾ ਪਿਤਾ ਦੇ ਦੱਸਣ ਦੇ ਅਨੁਸਾਰ ਇਹ ਬੱਚੀਆਂ 2 ਮਈ ਨੂੰ 사우ਦੀ ਅਰਬ ਜਾਂਦੀਆਂ ਨੇ 1.5 ਮਹੀਨੇ ਤਾਈਨਾਂ ਦੇ ਕੋਲ ਟੂਰਿਸਟ ਵੀਜ਼ਾ ਸੀ ਇਹਨਾਂ ਨੇ ਜੂਨ ਦੇ ਵਿੱਚ ਵਾਪਸ ਆਉਣਾ ਸੀ 1.5 ਮਹੀਨੇ ਤੱਕ ਇਹਨਾਂ ਦੀ ਵਧੀਆ ਗੱਲਬਾਤ ਹੁੰਦੀ ਹੈ ਲੇਕਿਨ ਹੁਣ ਪਿਛਲੇ 1 ਹਫਤੇ ਤੋਂ ਇਹਨਾਂ ਦਾ ਆਪਣੀਆਂ ਬੇਟੀਆਂ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾਰਿਆ ਤੇ ਨਾ ਹੀ ਇਹਨਾਂ ਦੀਆਂ ਬੇਟੀਆਂ ਵਾਪਸ ਆਈਆਂ ਨੇ ਜਿਸ ਦੇ ਕਾਰਨ ਇਹਨਾਂ ਨੂੰ ਸ਼ੱਕ ਹੈ ਕਿ ਸ਼ਾਇਦ ਇਹਨਾਂ ਦੀਆਂ ਜੋ ਬੇਟੀਆਂ ਨੇ ਉਹ ਕਿਸੇ ਗਲਤ ਹੱਥਾਂ ਦੇ ਵਿੱਚ ਚਲੀਆਂ ਗਈਆਂ ਨੇ ਜਾਂ ਫਿਰ ਅਗਵਾ ਹੋ ਚੁੱਕੀਆਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਆਬੂਤਾਬੀ ਭਾਰਤੀ ਦੂਤਾਵਾਸ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਬੱਚੀਆਂ ਦੇ ਬਾਰੇ ਪਤਾ ਲਗਵਾਇਆ ਜਾਵੇ ਕਿ ਆਖਿਰ ਇਹ ਬੱਚੀਆਂ ਠੀਕ ਨੇ ਜਾਂ ਫਿਰ ਨਹੀਂ ਜਾਂ ਫਿਰ ਬੱਚੀਆਂ ਕਿੱਥੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਪੰਜਾਬ ਦੀਆਂ ਲੜਕੀਆਂ ਵਿਦੇਸ਼ ਦੇ ਵਿੱਚ ਜਾ ਕੇ ਲਾਪਤਾ ਹੋਈਆਂ ਹੋਣ ਗਲਤ ਏਜੰਟਾਂ ਦੇ ਤੱਕੇ ਚੜੀਆਂ ਹੋਈਆਂ ਲੜਕੀਆਂ ਅਕਸਰ ਅਜੇ ਹੀਆ ਵਾਰਦਾਤਾ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਹੁਣ ਇਹ ਦੋ ਬੱਚੀਆਂ ਮਨਪ੍ਰੀਤ ਅਤੇ ਹਰਪ੍ਰੀਤ ਨਾਮ ਦੀਆਂ ਬੱਚੀਆਂ ਜੋ ਕਿ ਸਾਊਦੀ ਅਰਬ ਗਈਆਂ ਸੀ ਆਪਣੇ ਘਰਾਂ ਦਾ ਖਰਚਾ ਚਲਾਉਣ ਦੇ ਲਈ ਮਿਹਨਤ ਕਰਨ ਦੇ ਲਈ ਲੇਕਿਨ ਹੁਣ ਉੱਥੇ ਇਹਨਾਂ ਦੇ ਵੱਲੋਂ ਆਪਣੇ ਮਾਪਿਆਂ ਦੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਜਾ ਰਿਹਾ ਪਿਛਲੇ 1 ਹਫਤੇ ਤੋਂ ਮਾਪਿਆਂ ਦੀ ਇਹਨਾਂ ਬੱਚਿਆਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਹੈ ਤੇ ਇਹਨਾਂ ਦੇ ਅਗਵਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ